ਤਸਵੀਰਾਂ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ 'ਚ ਮੌਜੂਦ ਪ੍ਰਸਿੱਧ ਨਾਰਾਇਣ ਦੀ ਹੱਟੀ ਦੀਆਂ ਨੇ, ਜਿੱਥੇ ਕਿ ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜ਼ਰ ਦੁਕਾਨ 'ਤੇ ਆ ਕੇ ਛਾਪਾ ਮਾਰਿਆ ਗਿਆ। ਅਤੇ ਇਸ ਦੌਰਾਨ ਪੁਲਿਸ ਵੱਲੋਂ ਜਿੱਥੇ ਦੁਕਾਨ ਦੀ ਬਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ, ਉੱਥੇ ਹੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦੁਕਾਨ ਮਾਲਕ ਅਤੇ ਗੋਦਾਮ ਦਾ ਵੀ ਕੋਨਾ ਕੋਨਾ ਛਾਣ ਮਾਰਿਆ, ਪਰੰਤੂ ਪੁਲਿਸ ਨੂੰ ਦੁਕਾਨ 'ਚੋਂ ਚਾਈਨਾ ਡੋਰ ਦੀ ਬਰਾਮਦਗੀ ਨਹੀਂ ਹੋਈ। ਇਸ ਮੌਕੇ ਦੁਕਾਨ ਮਾਲਕ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਗਿਆ ਅਤੇ ਸਪਸ਼ਟ ਦੱਸਿਆ ਗਿਆ ਕਿ ਉਸ ਵੱਲੋਂ ਚਾਈਨਾ ਡੋਰ ਦੀ ਬਿਲਕੁਲ ਵੀ ਵਿਕਰੀ ਨਹੀਂ ਕੀਤੀ ਜਾਂਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਕਦੇ ਵੀ ਉਸ ਦੀ ਦੁਕਾਨ 'ਤੇ ਆ ਕੇ ਇਸ ਬਾਬਤ ਚੈਕਿੰਗ ਕਰ ਸਕਦੇ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ PCR ਇੰਚਾਰਜ ਸੁਭਾਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਚਾਈਨਾ ਡੋਰ ਖਿਲਾਫ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ 'ਤੇ ਸਖਤਾਈ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਇਸੇ ਤਹਿਤ ਹੀ ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਦੁਕਾਨ 'ਤੇ ਚਾਈਨਾ ਡੋਰ ਦੀ ਵਿਕਰੀ ਹੁੰਦੀ ਹੈ, ਪਰੰਤੂ ਜਦੋਂ ਉਹਨਾਂ ਵੱਲੋਂ ਇੱਥੇ ਆ ਕੇ ਬਾਰੀਕੀ ਨਾਲ ਦੁਕਾਨ ਅਤੇ ਗੋਦਾਮ ਦੀ ਚੈਕਿੰਗ ਕੀਤੀ ਗਈ ਤਾਂ ਪੁਲਿਸ ਨੂੰ ਚਾਈਨਾ ਡੋਰ ਬਿਲਕੁਲ ਵੀ ਬਰਾਮਦ ਨਹੀਂ ਹੋਈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਦੁਕਾਨ ਮਾਲਕ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਹੁਸ਼ਿਆਰਪੁਰ 'ਚ ਬਸੰਤ ਪੰਚਮੀ ਵਾਲੇ ਦਿਨ ਚਾਈਨਾ ਡੋਰ ਦੀ ਬਿਲਕੁਲ ਵੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਖਰੀਦਦਾ ਜਾਂ ਵੇਚਦਾ ਕਾਬੂ ਹੁੰਦਾ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਪਾਂਡਾ ਨੰਬਰ 5 ਸਰ ਲੈ ਲਓ ਮਾਡਲ ਜਾਂ ਜਿਹੜੇ ਲੋਕ ਖਰੀਦ ਰਹੇ ਆ ਅਸਲ ਵਿੱਚ ਉਹ ਲੋਕ ਜਿਹੜੇ ਆ ਇਨਸਾਨੀਅਤ ਦੇ ਦੁਸ਼ਮਣ ਠੀਕ ਹੈ ਜੀ ਤੁਹਾਡੇ
ਦੇਖੋ ਸ਼੍ਰੀਮਾਨ ਜੀ, ਜੇ ਤੁਸੀਂ ਨਹੀਂ ਕਰਦੇ ਤਾਂ ਮੈਂ ਇਹ ਸਮਝੂੰਗਾ ਵੀ ਤੁਸੀਂ ਇਨਸਾਨੀਅਤ ਦੇ ਹੱਥ ਵਿੱਚ ਕਾਕਾ ਖੋਲਣ ਨੂੰ ਭਾਂਡੇ ਚ ਵੜ ਜਾਣੇ ਆਹੀ ਜੀ, ਆਹ ਵੇਖੋ ਜੀ ਸਰ, ਅੱਜ ਕਮਾਲਪੁਰ ਦੇ ਵਿੱਚ ਇੱਕ ਦੁਕਾਨ ਤੇ ਚੈਕਿੰਗ ਕਰਨ ਆਏ ਸੀਗੇ, ਕੀ ਤੁਹਾਨੂੰ ਜਾਣਕਾਰੀ ਹਾਸਲ ਹੋਈ ਸੀ ਅਤੇ ਕੀ ਕੁਝ ਹਾਸਲ ਹੋਇਆ ਜੀ ਇੱਥੋਂ? ਇੱਥੋਂ ਸਾਨੂੰ ਗੁਪਤ ਇਨਫੋਰਮੇਸ਼ਨ ਸੀਗੀ ਵੀ ਇਹ ਚਾਈਨਾ ਡੋਰ ਜਿਹੜੀ ਆ ਵੇਚਦੇ ਆ, ਦੁਕਾਨ ਦੇ ਨਾਲ ਇੱਕ ਸਟੋਰ ਬਣਾਇਆ ਆਪਣਾ, ਉੱਥੇ ਚੋਰੀ ਛੁਪੇ ਵੇਚਦੇ ਆ। ਪਰ ਆਪਾਂ ਇਹਦੀ ਦੁਕਾਨ ਵੀ ਜਿਹੜੀ ਸਾਰੀ ਉਹ ਵੀ ਚੈੱਕ ਕਰ ਲਈ, ਕੁਛ ਖਾਣਾ ਛੱਡਿਆ ਨਹੀਂ। ਜਿਹੜਾ ਇਹਨਾਂ ਸਟੋਰ ਪਿੱਛੇ ਬਣਾਇਆ ਛੋਟੀ ਜਿਹੀ ਗਲੀ ਦੇ ਵਿੱਚ, ਉਹ ਵੀ ਚੈੱਕ ਕਰ ਲਿਆ, ਪਰ ਇਹਨਾਂ ਕੋਲ ਚਾਈਨਾ ਡੋਰ ਜਿਹੜੀ ਹੈ ਕਿਤੇ ਉਹ ਮਿਲੀ ਨਹੀਂ ਇਹਨਾਂ ਕੋਲੋਂ। ਠੀਕ ਹੈ ਜੀ, ਅਤੇ ਕੱਲ੍ਹ ਬਸੰਤ ਦੇ ਦਿਹਾੜੇ ਨੂੰ ਲੈ ਕੇ ਆਪਾਂ ਪੁਲਿਸ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਕਿਹੋ ਜਿਹੀ ਤਿਆਰੀਆਂ ਨੇ ਤਾਂ ਸ਼ਹਿਰ ਦੀਆਂ ਹੋਰ ਦੁਕਾਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਹੋਰ ਵੀ ਦੁਕਾਨਾਂ ਦੀ ਚੈਕਿੰਗ ਕਰਾਂਗੇ। ਜਿੱਦਾਂ ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ, IPS ਹੁਸ਼ਿਆਰਪੁਰ ਜੀ ਨੇ ਸਖ਼ਤ ਜਿਹੜੇ ਦਿਸ਼ਾ ਨਿਰਦੇਸ਼ ਹੈ ਉਹ ਚਾਈਨਾ ਡੋਰ ਸੰਬੰਧੀ ਦਿੱਤੇ ਆ। ਅਤੇ ਕੱਲ੍ਹ ਜਿੱਦਾਂ ਆਪ ਜੀ ਨੂੰ ਪਤਾ ਵੀ ਕੱਲ੍ਹ ਬਸੰਤ ਹੈ, ਬਸੰਤ ਦਾ ਤਿਉਹਾਰ ਹੈ, ਅਤੇ ਇਸੇ ਦਿਨ ਦੇ ਵਿੱਚ ਜਿਹੜੀ ਜੋਰ ਅਤੇ ਪਤੰਗ ਜਿਹੜੀ ਇਹਨਾਂ ਦੀ ਵਿਕਣੀ ਆ, ਇਸ ਕਰਕੇ ਆਪਾਂ ਜਿਹੜੇ ਆ ਇਹ ਰੇਡ ਕੀਤਾ। ਇਸ ਤੋਂ ਬਾਅਦ ਹੋਰ ਵੀ ਰੇਡ ਜਿਹੜੇ ਲਗਾਤਾਰ ਕਰ ਰਹੇ ਹਾਂ ਅਤੇ ਅਗਾਂਹ ਵੀ ਜਾਰੀ ਰਹਿਣਗੇ।
ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਉਹਨਾਂ 'ਤੇ ਵੀ ਕੀਤੀ ਜਾਵੇਗੀ? ਬਿਲਕੁਲ ਸਰ, ਬਿਲਕੁਲ ਰੇਡ ਕੀਤੇ ਜਾਣਗੇ ਜੀ, ਅਸੀਂ ਹੁਣ ਵੀ ਰੇਡ ਕਰਨ ਜਾ ਰਹੇ ਹਾਂ ਜੀ। ਠੀਕ ਹੈ ਜੀ। ਇੱਕ ਔਨਲਾਈਨ ਨੂੰ ਲੈ ਕੇ ਆ ਕੇ ਤੁਸੀਂ ਇਹਨਾਂ ਭਾਈ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਕਿ ਔਨਲਾਈਨ ਜਿਹੜੀ ਚਾਈਨਾ ਡੋਰ ਦੀ ਉਹ ਵਿਕਰੀ ਆ ਜਿਹੜੀ ਉਹ ਹੋ ਰਹੀ ਹੈ, ਇਹ ਮਾਮਲਾ ਜਿਹੜਾ SSP ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਮੀਡੀਆ ਵੱਲੋਂ, ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਸਾਈਬਰ ਦੇ ਜ਼ਰੀਏ ਜਿਹੜੀ ਉਹਨਾਂ ਦੀ ਦੇਖਰੇਖ ਕੀਤੀ ਜਾਵੇਗੀ ਜੀ। ਦੇਖੋ ਆਇਆ ਹੁਣ ਤੱਕ ਕੁਝ ਇਦਾਂ ਦਾ ਕੁਝ ਜਾਂਚ ਦੇ ਵਿੱਚ? ਦੇਖੋ ਮੇਰੇ ਨੋਟਸ ਵਿੱਚ ਨਹੀਂ ਹੈ ਕੋਈ ਜਿਹੜੇ ਆ ਔਨਲਾਈਨ ਜਿਹੜੀ ਡੋਰ ਆ ਰਹੀ ਹੈ ਵੀ ਉਹ ਕੋਈ ਬੰਦਾ ਫੜਿਆ ਜਾਂ ਨਹੀਂ ਫੜਿਆ, ਪਰ ਆਪਾਂ ਕਈ ਜਗ੍ਹਾ ਦੇ ਰੇਡ ਕੀਤੇ ਆ ਜਿਹੜੇ ਇਹਨਾਂ ਦੇ ਸਟੋਰ ਆ ਨਾ ਜਿੱਥੇ ਆ ਰਹੇ ਆ, ਅਤੇ ਉਹ ਪਰ ਉੱਥੋਂ ਸਾਨੂੰ ਮਿਲਿਆ ਕੁਛ ਨਹੀਂ, ਪਰ ਫਿਰ ਵੀ ਸਾਡੀ ਜਿਹੜੀ ਹੈ ਇਹ ਚੈਕਿੰਗ ਆ ਇਹ ਜਾਰੀ ਰਹੂਗੀ, ਅਤੇ ਜਿਹੜੇ ਸਾਡੇ ਟੇਟੇ ਚੜ੍ਹ ਗਿਆ ਉਹਨੂੰ ਛੱਡਣਾ ਨਹੀਂ ਅਸੀਂ। ਬਹੁਤ ਸਾਰੇ ਲੋਕ ਡਰ ਮਹਿਸੂਸ ਕਰਦੇ ਆ ਕਿ ਜੇਕਰ ਅਸੀਂ ਪੁਲਿਸ ਨੂੰ ਜਿਹੜੀ ਗੁਪਤ ਸੂਚਨਾ ਦੇਵਾਂਗੇ ਚਾਈਨਾ ਡੋਰ ਨੂੰ ਲੈ ਕੇ, ਤਾਂ ਹੋ ਸਕਦਾ ਕਿ ਸਾਡਾ ਨਾਮ ਹੈ ਜਿਹੜਾ ਉਹ ਉਜਾਗਰ ਕੀਤਾ ਜਾ ਸਕਦਾ ਪੁਲਿਸ ਵੱਲੋਂ। ਮੈਂ ਬ੍ਰਦਰ ਤੁਹਾਡੇ ਮਾਧਿਅਮ ਰਾਹੀਂ ਇਹ ਇੱਕ ਪੂਰ ਜ਼ੋਰ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਵੀ ਕਿਸੇ ਵੀ ਵਿਅਕਤੀ ਦਾ ਨਾਂ ਜਿਹੜਾ ਉਹ ਸਾਹਮਣੇ ਨਹੀਂ ਲਿਆਂਦਾ ਜਾਏਗਾ। ਪਲੀਜ਼ ਸਾਨੂੰ ਇਨਫੋਰਮੇਸ਼ਨ ਦਿਓ, ਉਹਦਾ ਨਾਂ ਜਿਹੜਾ ਬਿਲਕੁਲ ਗੁਪਤ ਰੱਖਿਆ ਜਾਵੇਗਾ। ਸਰ, ਆਪਾਂ ਲਾਸਟ ਬਸੰਤ ਦੀ ਗੱਲ ਕਰੀਏ ਤਾਂ ਉਸ ਵਕਤ ਜਿਹੜਾ ਹੁਸ਼ਿਆਰਪੁਰ ਪੁਲਿਸ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਵੀ ਵਿਅਕਤੀ ਆ ਚਾਈਨਾ ਡੋਰ ਦੇ ਨਾਲ ਕਾਬੂ ਹੁੰਦਾ ਤਾਂ ਉਸ 'ਤੇ 307 ਯਾਨੀ ਕਿ ਇਰਾਦਾ ਕਤਲ ਦਾ ਜਿਹੜਾ ਮਾਮਲਾ ਦਰਜ ਕੀਤਾ ਜਾਵੇਗਾ। ਕੁਛ ਇਸ ਵਾਰ ਵੀ ਇੱਦਾਂ ਦਾ ਪ੍ਰੋਵੀਜ਼ਨ ਹੈ ਜਾਂ ਨਹੀਂ ਕੋਈ ਹਦਾਇਤਾਂ ਤੁਹਾਨੂੰ? ਬਿਲਕੁਲ ਸਰ, ਆਪਾਂ ਇੱਦਾਂ ਕਰਾਂਗੇ 307 ਦੇ ਵਿੱਚ ਆਉਂਦਾ ਐਸਾ ਕੋਈ ਕਾਰਜ ਕਰਨਾ ਜਿਸ ਨਾਲ ਕਿਸੇ ਦੀ ਜਾਨ ਖਤਰੇ ਵਿੱਚ ਹੈ, ਉਸ ਬੰਦੇ ਦੀ ਮੌਤ ਹੋ ਸਕਦੀ ਹੈ, ਅਤੇ ਜਸਟ ਲਾਈਕ ਇਹ ਚਾਈਨਾ ਡੋਰ ਇਹ ਵੀ ਬੰਦੇ ਦੀ ਜਿਹੜਾ ਗਲ ਤੱਕ ਹੈ ਵੜ ਦਿੰਦੀ ਹੈ। ਜਿਹੜਾ ਵੀ ਫੜਿਆ ਗਿਆ ਜਿਹਦੇ ਕੋਲੋਂ ਫੜੀ ਗਈ 307 ਦਾ ਮੁਕੱਦਮਾ ਦਰਜ ਕਰਾਂਗੇ, ਅਗਰ ਕੋਈ ਬੱਚਾ ਫੜਿਆ ਜਾਂਦਾ ਉਹ 'ਤੇ 188 IPC ਦਾ ਮੁਕੱਦਮਾ ਦਰਜ ਕਰਾਂਗੇ, ਅਤੇ ਜੋ ਉਸ ਨਾਲ ਜਿਹੜੀ ਚਾਈਨਾ ਡੋਰ ਦੇ ਰਾਹੀਂ ਅਗਰ ਕੋਈ ਕਿਸੇ ਤਰੀਕੇ ਨਾਲ ਕਿਸੇ ਦਾ ਹੋਰ ਨੁਕਸਾਨ ਹੁੰਦਾ ਤਾਂ ਉਹਦੇ ਮੁਤਾਬਕ ਜੋ ਧਾਰਾ ਬਣਦੀ ਹੋਊਗੀ ਉਹਦੇ ਰਾਹੀਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।